सांसद गुरजीत सिंह औजला ने लोकसभा विच प्रश्न काल दौरान देश विच वध रहे आवारा कुत्तियां दा मुद्दा चुकिया। उन्होंने आख्या कि आवारा कुत्तियां दे कट्टन कारण देश विच 3.5 करोड़ लोगों की मौत हो चुकी है, जिन्हां विच बच्चियां दी गिनती भी काफ़ी है। उन्होंने सरकार तो मांग की कि इस मुद्दे ते छेती कार्रवाई की जाए। थैंक यू स्पीकर सर। एक बहुत वड्डी समस्या है जिहड़ी देश दे विच आवारा कुत्तियां दी। मैं उत्ते दसना चाहुंदा कि करीब WHO दे मुताबिक 3.5 करोड़ आवारा कुत्ते देश दे विच हन, जिहदे विचों जिहड़ियां हलका दीआं घटनावां हुंदीयां ने उहनां साउथ एशिया ਦੇ ਵਿੱਚ ਹਨ ਤੇ ਉਹਦੇ ਵਿੱਚੋਂ 35% ਇਕੱਲੇ ਹਿੰਦੁਸਤਾਨ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਕਾਰਨ ਹਲਕਾ ਦੇ ਕਾਰਨ ਮੌਤਾਂ ਹੁੰਦੀਆਂ ਹਨ। ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। 2015 'ਚ 22,000 ਕੇਸ ਹੋਏ ਸੀ ਕੁੱਤਿਆਂ ਦੇ ਕੱਟਣ ਦੇ ਨਾਲ, ਇਸੇ ਤਰ੍ਹਾਂ 16 ਦੇ ਵਿੱਚ 37,000, 17 'ਚ 54,000 ਅਤੇ 2018 'ਚ 1,00,000 ਦੇ ਉੱਤੇ ਕੁੱਤਿਆਂ ਨੇ ਕੱਟਿਆ ਇਨਸਾਨ ਨੂੰ। ਸਰ ਵੱਡੀ ਗੱਲ ਹੈ ਕਿ ਅੱਜ ਇੱਕ ਛੋਟੇ ਬੱਚੇ ਨੂੰ ਬਾਹਰ ਭੇਜਣਾ ਵੀ ਬੜੇ ਮੁਸ਼ਕਲ ਦੀ ਗੱਲ ਹੋ ਗਈ ਹੈ, ਕਿਉਂਕਿ ਇਹਦੇ 'ਚ ਜ਼ਿਆਦਾ ਕੇਸ ਜਿਹੜੇ 50% ਆ ਉਹ ਬੱਚਿਆਂ ਨੂੰ ਕੱਟਿਆ। ਜਿੱਥੇ ਸ਼ਹਿਰਾਂ 'ਚ ਵਾਰਾ ਕੁੱਤੇ ਗਾਰਬੇਜ ਦੇ ਨਾਲ ਜਾਂ ਜਿਹੜੀਆਂ ਫਾਲਤੂ ਚੀਜ਼ਾਂ ਬਾਹਰੋਂ ਖਾ ਕੇ ਪਾਲਦੇ ਨੇ, ਉੱਥੇ ਪਿੰਡਾਂ ਦੇ ਵਿੱਚ ਵੱਡੀ ਸਮੱਸਿਆ ਹੈ। ਪਿੰਡਾਂ 'ਚ ਹੱਡਾ ਰੋੜਾ ਜਿਹੜਾ ਆ, ਜਿੱਥੇ ਅਸੀਂ ਪਾਲਤੂ ਜਾਨਵਰ ਮਰਨ ਤੋਂ ਬਾਅਦ ਆਪਣੇ ਘਰਾਂ ਦੇ ਉੱਥੇ ਸੁੱਟ ਦਿੰਦੇ ਹਾਂ, ਉਹਦੇ ਨਾਲ ਕੁੱਤੇ ਪਾਲਦੇ ਨੇ, ਔਰ ਉਹਦੇ 'ਚ ਕਈ ਹੱਡਾ ਰੋੜੇ ਜਿਹੜੇ ਨੇ ਉਹ ਸਕੂਲਾਂ ਦੇ ਲਾਗੇ ਨੇ। ਮੇਰੀ ਸਰਕਾਰ ਤੋਂ ਮੰਗ ਹੈ ਕਿ ਇਹ ਜਿਹੜੇ ਕੁਵਾਰਾ ਕੁੱਤੇ ਨੇ ਇਹਨਾਂ ਦਾ ਕੋਈ ਨਾ ਕੋਈ ਉਪਾਅ ਕੀਤਾ ਜਾਵੇ, ਇਹਨਾਂ ਦੀ ਸਟਰਲਾਈਜੇਸ਼ਨ ਕਰਕੇ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ, ਨਸਬੰਦੀ ਕੀਤੀ ਜਾਵੇ। ਉਸ ਤੋਂ ਇਲਾਵਾ ਮੈਂ ਚਾਹੁੰਦਾ ਕਿ ਇਨਸਾਨ ਦਾ ਮਾਸ, ਖਾਸ ਕਰ ਅਸੀਂ ਆਪਣੇ ਬੱਚਿਆਂ ਦਾ ਮਾਸ ਜਿਹੜਾ ਉਹ ਆਵਾਰਾ ਕੁੱਤਿਆਂ ਨੂੰ ਨਹੀਂ ਪਾ ਸਕਦੇ। ਸਰਕਾਰ ਸਖਤ ਕਦਮ ਚੁੱਕੇ ਨੇ। ਡਾਕਟਰ ਅਮਰ ਸਿੰਘ ਜੀ।